ਅਛਾ ਵੀਰੋ ਪੜ੍ਹਾਈ ਕਿੰਨੀ ਜ਼ਰੂਰੀ ਆ ਇਹ ਜੇਕਰ ਤੁਸੀਂ ਕਿਸੇ ਨੂੰ ਪੁੱਛਣਾ ਹੋਵੇ ਤਾਂ ਜਿਹੜੇ ਸਾਡੇ ਵੀਰ ਜਾਂ ਫਿਰ ਮੈਂ ਜਾਂ ਫਿਰ ਹੋਰ ਸਾਡੇ ਭੈਣ ਭਾਈ ਜਿਹੜੇ ਆ ਉਹ ਵਿਦੇਸ਼ਾਂ ਦੇ ਵਿੱਚ ਮਜ਼ਦੂਰੀ ਕਰਦੇ ਆ ਉਹਨਾਂ ਨੂੰ ਜਿਹੜਾ ਇਹ ਸਵਾਲ ਪੁੱਛਣਾ ਬਿਲਕੁਲ ਠੀਕ ਆ ਕਿਉਂਕਿ ਵਿਦੇਸ਼ਾਂ ਦੇ ਵਿੱਚ ਕੰਮ ਕਰਦੇ ਕਰਦੇ ਇੱਕ ਟਾਈਮ ਸਾਡਾ ਇਦਾਂ ਦਾ ਜ਼ਰੂਰ ਆਂਦਾ ਆ ਜਦੋਂ ਸਾਨੂੰ ਬਿਮਾਰੀਆਂ ਦਾ ਘਰਾਵ ਹੋ ਜਾਂਦਾ ਆ ਮਜ਼ਦੂਰੀ ਕਰਦੇ ਕਰਦੇ ਔਰ ਅਸੀਂ ਉਸ ਟਾਈਮ ਜਿਹੜਾ ਇਹ ਜ਼ਰੂਰ ਮਹਿਸੂਸ ਕਰਦੇ ਆ ਕਿ ਅਸੀਂ ਪੜ੍ਹੇ ਕਿਉਂ ਨਹੀਂ ਸੋ ਵੀਰੋ ਸਾਡਾ ਦਾ ਟਾਈਮ ਜਿਹੜਾ ਉਹ ਨਿਕਲ ਗਿਆ ਆ ਤੇ ਅਸੀਂ ਹੁਣ ਜਿਹੜਾ ਆ ਉਹ ਪਛਤਾਵਾ ਵੀ ਕਰਦੇ ਆ ਤਾਂ ਉਹਦਾ ਕੋਈ ਜਿਹੜਾ ਫਾਇਦਾ ਨਹੀਂ ਹੁੰਦਾ ਲੇਕਿਨ ਤੁਸੀਂ ਜਿਹੜੇ ਆਪਣੇ ਬੱਚੇ ਆ ਵੀਰੋ ਉਹਨਾਂ ਨੂੰ ਜ਼ਰੂਰ ਪੜ੍ਹਾਓ ਟਾਈਮ ਟੂ ਟਾਈਮ ਮੈਂ ਵੀਡੀਓਸ ਪਾਉਂਦਾ ਰਹਿਣਾ ਆ ਤੇ ਇਸੇ ਕੜੀ ਦੇ ਵਿੱਚ ਮੈਂ ਤੁਹਾਨੂੰ ਦੱਸਣ ਜਾ ਰਿਹਾ ਆ ਕਿ ਭਾਰਤ ਦੇ ਵਿੱਚ IIT ਜਿਹੜਾ ਇੱਕ ਬਹੁਤ ਰੈਪਿਊਟਡ ਇੰਸਟੀਟਿਊਟਸ ਆ ਇਹਨਾਂ ਦੇ 올ਓਵਰ ਇੰਡੀਆ ਐਜੂਕੇਸ਼ਨ ਵੀ ਇਹਨਾਂ ਦੀ ਜਿਹੜੀ ਉਹ ਫ੍ਰੀ ਹੁੰਦੀ ਆ ਜਦੋਂ ਟੈਸਟ ਕਲੀਅਰ ਕਰਦਾ ਬੱਚਾ ਔਰ ਸਾਊਥ ਇੰਡੀਆ ਤੇ ਹੋਰ ਜਿਹੜੇ ਨਿਊ ਡੈਲੀ ਚੰਡੀਗੜ੍ਹ ਸਾਈਡ ਦੇ ਬੱਚੇ ਬਹੁਤ ਇਸ ਦੇ ਵਿੱਚ ਜਾਂਦੇ ਆ ਸੋ IIT ਦੇ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਕੰਪਨੀਆਂ 50 ਲੱਖ 1 ਕਰੋੜ 3 ਕਰੋੜ ਹਾਈਐਸਟ 4 ਕਰੋੜ ਤੱਕ ਦੇ ਪੈਕੇजेस ਜਿਹੜੇ ਆ ਉਹ ਆਫਰ ਕਰ ਰਹੀਆਂ ਆ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਜਾ ਕੇ ਚੈੱਕ ਵੀ ਜ਼ਰੂਰ ਕਰਿਓ ਸਾਲਾਨਾ ਪੈਕੇजेस ਹੁੰਦੇ ਆ ਤੇ ਮੁੰਡਾ ਕੀ ਆ ਅਸੀਂ ਜਲਦਬਾਜੀ ਦੇ ਵਿੱਚ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਆ ਜਾਂ ਫਿਰ ਅਸੀਂ ਕਹਿੰਦੇ ਆ ਕਿ ਉਹਨਾਂ ਦੇ ਪਾਸਪੋਰਟ ਬਣ ਜਾਣ ਉਹਨਾਂ ਨੂੰ ਜਿਹੜਾ ਅਸੀਂ ਪੱਕਾ ਕਰਾ ਦਈਏ ਲੇਕਿਨ ਦੋਸਤੋ ਸਾਨੂੰ ਜਿਹੜਾ ਉਹ ਪਹਿਖ ਉਹਨਾਂ ਦਾ ਜਰੂਰ ਸੋਚਣਾ ਚਾਹੀਦਾ ਆ ਜੇਕਰ ਤੁਸੀਂ ਅਫੋਰਡ ਕਰ ਸਕਦੇ ਆ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਚੰਗੇ ਸਕੂਲਾਂ ਦੇ ਵਿੱਚ ਪੜਾਉਣਾ ਤੇ ਤੁਸੀਂ ਉਹਨਾਂ ਨੂੰ ਜਰੂਰ ਆਪਣਾ ਜਿਹੜਾ ਆ ਉਹ ਲੈ ਕੇ ਆਓ ਤੇ ਇੱਥੇ ਉਹਨਾਂ ਦੀ ਪੜ੍ਹਾਈ ਲਿਖਾਈ ਕਰਾਓ ਲੇਕਿਨ ਜੇਕਰ ਤੁਸੀਂ ਮਜ਼ਦੂਰ ਆ ਵਿਦੇਸ਼ਾਂ ਦੇ ਵਿੱਚ ਤੇ ਤੁਸੀਂ ਜਿਹੜਾ ਆ ਭਾਰਤ ਦੇ ਵਿੱਚ ਆਪਣੇ ਬੱਚਿਆਂ ਦੀ ਚੰਗੀ ਜਿਹੀ ਸਿਚੁਏਸ਼ਨ ਜਿਹੜੀ ਉਹ ਕਰਵਾਓ ਮਿਹਨਤ ਅਗਰ ਤੇ ਜਿਹੜੀ ਉਹ ਅਸੰਭਵ ਚੀਜ਼ ਆ ਉਹਨੂੰ ਵੀ ਸੰਭਵ ਕਰ ਦਿੰਦਾ ਆ ਔਰ ਬਹੁਤ ਬੱਚੇ ਜਿਹੜੇ ਆ ਉਹ ਜੈਨੂਨਲੀ ਅੱਜਕੱਲ ਜਿਹੜੇ ਆ ਉਹ 4 ਕਰੋੜ 3 ਕਰੋੜ 2 ਕਰੋੜ ਸਾਲਾਨਾ ਜਿਹੜੇ ਪੈਕੇजेस ਉਹ ਲੈ ਰਹੇ ਆ ਸੋ ਵੀਰੋ ਇਹੀ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਆ ਕਿ ਬੱਚਿਆਂ ਦੀ ਪੜ੍ਹਾਈ ਲਿਖਾਈ ਜ਼ਰੂਰ ਕਰੋ ਜੋ ਗਲਤੀਆਂ ਸਾਡੇ ਤੋਂ ਹੋਈਆਂ ਉਹ ਤੁਸੀਂ ਆਪਣੇ ਬੱਚਿਆਂ ਤੋਂ ਨਾ ਕਰਵਾਓ ਕਿਉਂਕਿ ਮਜ਼ਦੂਰੀ ਇੱਕ ਟਾਈਮ ਦੇ ਲਈ ਤਾਂ ਸਹੀ ਆ ਲੇਕਿਨ ਉਸ ਤੋਂ ਬਾਅਦ ਸਾਨੂੰ ਮਜ਼ਦੂਰੀ ਦਿੰਦੀ ਆ ਬਿਮਾਰੀਆਂ ਸਾਨੂੰ ਮਜ਼ਦੂਰੀ ਦਿੰਦੀ ਆ ਸਟ्रेस ਸਾਨੂੰ ਮਜ਼ਦੂਰੀ ਦਿੰਦੀ ਆ ਲੋਕਾਂ ਦਾ ਹੱਕ ਖਾ ਕੇ ਕਰਮਾਂ ਦਾ ਭਾਰ ਸੋ ਇਹਨਾਂ ਚੀਜ਼ਾਂ ਤੋਂ ਬਚੋ ਔਰ ਬੱਚਿਆਂ ਦਾ ਜਿਹੜਾ ਉਹ ਭਵਿੱਖ ਚੰਗਾ ਕਰਨ ਦੇ ਲਈ ਉਹਨਾਂ ਨੂੰ ਜਿਹੜੀ ਉਹ ਪੜ੍ਹਾਈ ਲਿਖਾਈ ਜ਼ਰੂਰ ਕਰਵਾਓ ਬਾਕੀ ਤੁਸੀਂ ਖੁਦ ਬਹੁਤ ਸਮਝਦਾਰ ਆ ਆਪਣੇ ਐਕਸਪੀਰੀਐਂਸਿਸ ਜਿਹੜੇ ਆ ਉਹ ਸ਼ੇਅਰ ਕਰਦੇ ਰਿਹਾ ਕਰੋ ਆਪਣੇ ਬੱਚਿਆਂ ਦੇ ਨਾਲ ਵੀ ਖੁਸ਼ ਰਹੋ ਤੇ ਜ਼ਿੰਦਾਬਾਦ ਰਹੋ